ਸੋ ਸਤ ਸੰਗਤ ਜੀ ਨਿਸ਼ਾਨ ਸਾਹਿਬ ਦਾ ਬਹੁਤ ਵੱਡਾ ਮਹਾਤਮ ਗੁਰੂ ਘਰ ਦੇ ਵਿੱਚ ਆਉਂਦਾ ਹੈ। ਤੀਸਰੇ ਪਾਤਸ਼ਾਹ ਜਦੋਂ ਸ੍ਰੀ ਗੋਬਿੰਦਵਾਲ ਸਾਹਿਬ ਸਤਿਗੁਰੂ ਜੀ ਨੇ ਨਗਰ ਵਸਾਇਆ ਔਰ ਉੱਥੇ ਗੁਰ ਅਸਥਾਨ ਤਿਆਰ ਕਰਵਾਏ, ਬੌਲੀ ਸਾਹਿਬ ਜੀ ਦੀ ਸੇਵਾ ਕਰਵਾਈ, ਤਾਂ ਭੱਟਾ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ, ਜਿਸ ਧੀਰਜ ਤੁਰ ਧਵਲ ਧੁਜਾ ਸੇਤ ਵੈਕੁੰਠ ਬੀਣਾ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਤੁਹਾਡਾ ਜਿਹੜਾ ਅਸਥਾਨ ਹੈ ਵੈਕੁੰਠਪੁਰੀ ਵਰਗਾ ਸੁੰਦਰ ਹੈ, ਗੋਬਿੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਵਿਪਾਸ ਬਣਾਇਓ। ਉਸ ਅਸਥਾਨ 'ਤੇ ਉੱਜਲ ਰੰਗ ਦਾ ਸੁੰਦਰ ਧਰਮ ਦੀ ਧੁਜਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੂਲਦਾ, ਜਦੋਂ ਸੰਗਤ ਦਰਸ਼ਨ ਕਰਦੀ ਹੈ ਮੱਥਾ ਟੇਕਦੀ ਹੈ ਤਾਂ ਸੰਗਤਾਂ ਦੇ ਦੁੱਖ ਦੂਰ ਕਰ ਦਿੰਦਾ ਹੈ। ਸਾਧ ਸੰਗਤ ਜੀ, ਗੁਰੂ ਕੇ ਨਿਸ਼ਾਨ ਸਾਹਿਬ ਦੀ ਇਹ ਪਰੰਪਰਾ ਗੁਰੂ ਕਾਲ ਤੋਂ ਧੰਨ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਆਰੰਭ ਹੋਈ, ਬਲਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਧਰਮ ਧੁਜਾ ਗੁਰੂ ਕਾ ਨਿਸ਼ਾਨ ਸਿੱਖ ਪੰਥ ਦੇ ਅੰਦਰ ਝੂਲਦਾ ਆਇਆ ਹੈ। ਔਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਕੇਸਰੀ ਰੰਗ ਦੀ ਰੰਗਤ ਨਾਲ ਨਿਵਾਜ ਕੇ ਉੱਤੇ ਤੀਰ ਸਜਾ ਕੇ ਬੜਾ ਸੁੰਦਰ ਨਿਸ਼ਾਨ ਗੁਰੂ ਕਾ ਲਹਿਰਾਇਆ। ਔਰ ਦਸਮ ਪਿਤਾ ਜੀ ਦੇ ਸਮੇਂ ਇਸ ਨਿਸ਼ਾਨ ਸਾਹਿਬ 'ਤੇ ਖੰਡਾ ਸਾਹਿਬ ਸੁਭਾਇਮਾਨ ਕੀਤੇ ਗਏ। ਔਰ ਅੱਜ ਵੀ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਜਾਓ, ਜਿਹੜੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਹਨ ਉਹਨਾਂ 'ਤੇ ਬੜੇ ਸੁੰਦਰ ਦੋ ਤੀਰਾਂ ਦੇ ਨਿਸ਼ਾਨ ਹਨ, ਬੜੇ ਸੁਨਹਿਰੀ ਸੁੰਦਰ ਤੀਰ ਲੱਗੇ ਹੋਏ ਹੈ। ਇਹ ਗੁਰੂ ਕਾਲ ਦੀ ਪਰੰਪਰਾ ਔਰ ਮਰਯਾਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਵੀ ਤੀਰ ਸਾਹਿਬ ਸੁਭਾਇਮਾਨ ਹਨ ਨਿਸ਼ਾਨ ਸਾਹਿਬ ਜੀ ਦੇ ਉੱਤੇ। ਗੁਰੂ ਘਰ ਦੇ ਅੰਦਰ ਨਿਸ਼ਾਨ ਸਾਹਿਬਾਂ ਦੇ ਉੱਤੇ ਤੀਰ ਵੀ ਲੱਗਦੇ ਆ ਔਰ ਖੰਡਾ ਵੀ ਸਜਾਇਆ ਜਾਂਦਾ, ਦੋਨਾਂ ਦੀ ਪਰੰਪਰਾ ਹੈ। ਔਰ ਇੱਥੇ ਜਿਹੜਾ ਨਿਸ਼ਾਨ ਸਾਹਿਬ ਹੈ ਇਸ ਉੱਤੇ ਤੀਰ ਲਾਉਣ ਦੀ ਪੁਰਾਤਨ ਪਰੰਪਰਾ ਚੱਲੀ ਆ ਰਹੀ ਹੈ। ਸੋ ਸਾਧ ਸੰਗਤ ਜੀ, ਇਸ ਨਿਸ਼ਾਨ ਸਾਹਿਬ ਨੂੰ ਧਰਮ ਦੀ ਧੁਜਾ ਆਖਿਆ ਜਾਂਦਾ ਹੈ ਔਰ ਨਿਸ਼ਾਨ ਉਹਨਾਂ ਕੌਮਾਂ ਦੇ ਝੂਲਦੇ ਆ ਦੁਨੀਆਂ ਦੇ ਉੱਤੇ ਜਿਹੜੀਆਂ ਕੌਮਾਂ ਆਪਣਾ ਵਜੂਦ, ਆਪਣੀ ਹੋਂਦ, ਹਸਤੀ ਲਈ ਕਦੀ ਮੌਤ ਦੀ ਪਰਵਾਹ ਨਹੀਂ ਕਰਦੇ, ਭਾਵ ਹਰ ਸਮੇਂ ਧਰਮ ਦੀ ਖਾਤਰ ਜੂਝਣ ਵਾਸਤੇ ਸੀਸ ਤਲੀ 'ਤੇ ਰੱਖ ਕੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਉਂਦੇ ਹੈ, ਉਹਨਾਂ ਕੌਮਾਂ ਦੇ ਨਿਸ਼ਾਨ ਦੁਨੀਆਂ ਵਿੱਚ ਝੂਲਦੇ ਹੈ। ਖਾਲਸਾ ਜੀ, ਇਹ ਨਿਸ਼ਾਨ ਸਾਹਿਬ ਇੱਕ ਐਸੀ ਮਹਾਨ ਰਹਿਮਤ ਔਰ ਬਖਸ਼ਿਸ਼ ਹੈ। ਦੇਸ਼ਾਂ ਦੇ ਝੰਡੇ ਇੱਕ ਦੇਸ਼ ਵਿੱਚ ਝੂਲ ਸਕਦਾ, ਦੂਸਰੇ ਦੇਸ਼ ਵਿੱਚ ਦੂਸਰੇ ਦੇਸ਼ ਦਾ ਝੰਡਾ ਨਹੀਂ ਝੂਲਦਾ ਨਾ ਲਾਇਆ ਜਾਂਦਾ ਹੈ, ਪਰ ਗੁਰੂ ਕਾ ਇਹ ਨਿਸ਼ਾਨ ਸਾਹਿਬ ਸਾਰੇ ਸੰਸਾਰ ਵਿੱਚ ਝੂਲਦਾ ਹੈ। ਅਮੈਰੀਕਾ, ਕਨੇਡਾ, ਰਸ਼ੀਆ, ਯੂਰਪ, ਅਰਬ ਕੰਟਰੀਆਂ ਤੱਕ ਸਾਰੇ ਵਰਲਡ ਵਿੱਚ, ਦੁਨੀਆ ਵਿੱਚ ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਬੈਠਾ ਹੈ ਉੱਥੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ ਔਰ ਨਿਸ਼ਾਨ ਸਾਹਿਬ ਵੀ ਉੱਥੇ ਨਾਲ ਝੂਲ ਰਹੇ ਹਨ। ਔਰ ਇਹ ਨਿਸ਼ਾਨ ਸਾਹਿਬ ਮਜ਼ਲੂਮ ਦੀ ਰੱਖਿਆ ਵਾਸਤੇ ਹੈ, ਗਊ ਗਰੀਬ ਦੀ ਰੱਖਿਆ ਵਾਸਤੇ ਹੈ, ਧਰਮ ਦੀ ਰੱਖਿਆ ਵਾਸਤੇ ਹੈ, ਜ਼ੁਲਮ ਦਾ ਨਾਸ ਕਰਨ ਵਾਸਤੇ ਹੈ। ਔਰ ਜਿੱਥੇ ਵੀ ਇਹ ਨਿਸ਼ਾਨ ਝੂਲਦਾ ਹੈ ਇਸ ਦਾ ਸੰਕੇਤ ਹੈ ਕਿ ਦੁਨੀਆ ਦਾ ਕੋਈ ਨਿਰਾਸ਼ਾ, ਦੁਖੀ, ਭੁੱਖਾ, ਪਿਆਸਾ, ਨੰਗਾ ਮਨੁੱਖ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਇੱਥੇ ਆ ਜਾਏ ਤਾਂ ਉਸ ਦੀ ਭੁੱਖ ਮੇਟਣ ਵਾਸਤੇ ਗੁਰੂ ਕਾ ਲੰਗਰ ਚੱਲ ਰਿਹਾ, ਜਿੱਥੋਂ ਭੁੱਖੇ ਪਿਆਸਿਆਂ ਨੂੰ ਗੁਰੂ ਕਾ ਲੰਗਰ ਛਕਣ ਵਾਸਤੇ ਪ੍ਰਾਪਤ ਹੁੰਦਾ ਹੈ ਔਰ ਤਨ ਢਕਣ ਵਾਸਤੇ ਵਸਤਰਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਹ ਨਿਆਸਰਿਆਂ ਦਾ ਆਸਰਾ, ਗੁਰੂ ਕਾ ਨਿਸ਼ਾਨ ਹੈ। ਖਾਲਸਾ ਜੀ,
पुरातन समयां विच जदों निशान साहब लाए जांदे सन तां बड़ी मर्यादा नाल निशान साहब जी दी सेवा और बड़े सत्कार नाल सारी सेवा संभाल करके निशान साहब लहराए जांदे सन। अज भी पुरानियां सिख संप्रदावां दे अंदर जदों असीं वेखदे हाँ तां उहनां विच निशान साहब जी दी बहुत वड्डी पूजा अते सत्कार है। निशान साहब की पूजा की बाबत धन गुरु गोबिंद सिंह साहब जी ने श्री दसम ग्रंथ साहिब जी दे विच जिक्र किया है, जे पूजा असकेत की नित प्रत करें बनाए तिन पर अपनो हाथ दे अस्तु जलेत बचाए। कहिंदे जेड़ा प्राणी निता प्रति निशान साहब जी की पूजा ते सेवा करता है और सत्कार नाल नमस्कार करता है, मत्था टेकता है, निशान साहब दियां परिक्रमा करता है, उस दी अस्तुज अकाल पुरख वाहिगुरु जिहड़ा परमेशर है वो अठे पैर उस प्राणी की रक्षा करता, उहदे दुखां नूं कट दिंदा, उहनूं सुखां की दात बख्शदा है। ये बोल धन गुरु गोबिंद सिंह साहब जी दे मुखार बिंद दे हन। इतना वड्डा निशान साहब का महात्म धन गुरु गोबिंद सिंह साहब जी ने अपने मुखार बिंद तो उच्चारण किया है। और साध संगत जी, साडे इतिहास विच भी कवि संत निहाल सिंह जी ने निशान साहब की महिमा करदिआं बड़े सुंदर शब्द अंकित किए हैं। वो कहिंदे आ, वाहन शिंगारे रहें वैरी भूम डारे रहें मुंड जुत ताज के, गादियां अटल रहें बुंगे चला चल रहें, गादियां अटल रहें बुंगे चला चल रहें, बाढ़े अहलाद रहें धर्म सो काज के, आपते प्रसाद रहें लागते दीवान रहें, गावते सुजान रहें धर्म सो काज के, लागते दीवान रहें गावते सुजान रहें झूलते निशान रहें पंथ महाराज के।